ਤੇ ਲਓ ਜੀ ਆ ਗਿਆ ਸ਼ਨੀਵਾਰ ਤੇ ਸ਼ਨੀਵਾਰ ਨੂੰ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ ਵੀ ਆ ਗਿਆ ਬਿਜ਼ਨਸ ਆਫ ਦਾ ਵੀਕ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਸਕਸੈਸਫੁਲ ਬਿਜ਼ਨਸਮੈਨਸ ਦੇ ਨਾਲ ਤੁਹਾਨੂੰ ਹਰ ਵੀਕ ਮਿਲਵਾਉਂਦੇ ਹਾਂ ਅੱਜ ਮੈਂ ਮੌਜੂਦ ਹਾਂ ਜੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਜਿੱਥੇ ਮੈਂ ਤੁਹਾਡੀ ਮੁਲਾਕਾਤ ਕਰਾਵਾਂਗਾ ਉਸ ਬਿਜ਼ਨਸਮੈਨ ਦੇ ਨਾਲ ਜੋ ਕਿ ਕਾਫੀ ਲੰਬੇ ਸਮੇਂ ਤੋਂ ਯਾਨੀ ਕਿ 1996 ਤੋਂ ਇਸ ਬਿਜ਼ਨਸ ਦੇ ਵਿੱਚ ਹਨ ਔਰ ਇਹ ਇੱਕ ਯੂਨੀਕ ਬਿਜ਼ਨਸ ਹੈਗਾ ਇਹ ਬਿਜ਼ਨਸ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਵੇਖਿਆ ਜਾਂਦਾ ਲੇਕਿਨ ਮੈਂ ਰਿਚਮੰਡ ਹਿੱਲ ਏਰੀਆ ਦੀ ਗੱਲ ਕਰਦਾ ਤਾਂ ਇਹ ਪੰਜਾਬੀਆਂ ਦਾ ਉਹ ਗੜਾ ਜਿੱਥੇ ਤੁਹਾਨੂੰ ਹਰ ਕੋਈ ਜਾਂਦਾ ਹੋਇਆ ਬਾਈ ਜੀ ਸਤਿ ਸ਼੍ਰੀ ਅਕਾਲ ਕਹਿ ਕੇ ਜ਼ਰੂਰ ਬੁਲਾਉਂਦਾ ਅਤੇ ਇਸ ਪੰਜਾਬੀਆਂ ਦੇ ਗੜ ਦੇ ਵਿੱਚ ਇੱਕ ਮਿਸਾਲ ਕਾਇਮ ਕਰ ਰਹੇ ਹਨ ਇੱਕ ਸਿੰਘ ਜਿਨ੍ਹਾਂ ਨੇ 1996 ਦੇ ਵਿੱਚ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ ਅਤੇ ਅੱਜ 2020 ਦੇ ਵਿੱਚ ਉਹਨਾਂ ਨੇ ਕਾਫੀ ਸਕਸੈਸ ਹਾਸਿਲ ਕੀਤੀ ਮੈਂ ਤੁਹਾਡੀ ਮੁਲਾਕਾਤ ਕਰਾਵਾਂਗਾ ਰਿਚਮੰਡ ਹਿੱਲ ਵਿਖੇ ਓਮਨੀ ਮੋਡਗੇਜ ਯਾਨੀ ਕਿ ਮੋਡਗੇਜ ਸਿੰਘ ਹਰਮਨ ਸਿੰਘ ਦੇ ਨਾਲ ਕਿਵੇਂ ਉਹ ਬੜੇ ਸਕਸੈਸਫੁਲ ਬਿਜ਼ਨਸਮੈਨ ਮੋਡਗੇਜ ਬਿਜ਼ਨਸ ਦੇ ਵਿੱਚ ਆਓ ਕਰਦੇ ਹਾਂ ਹਰਮਨ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਅਤੇ ਉਹਨਾਂ ਦੀ ਟੀਮ ਕਿਵੇਂ ਰਿਚਮੰਡ ਹਿੱਲ ਏਰੀਆ ਵਿਖੇ ਕੁਈਨਸ ਵਿਖੇ ਹੋ ਰਹੀ ਹੈ ਪ੍ਰੋਗਰੈਸਿਵ My name is Bobby Chavla. I'm a realtor here at Omni Realty as well as Omni Mortgage. It's a real pleasure to work for Omni Mortgage. What we really do is specialize with first-time home buyers and really guide them along step by step of the process of the loan process as well as buying your first home. And it's a pleasure working here. ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਮਨਪ੍ਰੀਤ ਸਿੰਘ ਬਿੰਦਰਾ ਅਤੇ ਮੈਂ ਆਮਨੀ ਰਿਅਲਟੀ ਦੇ ਨਾਲ ਕੰਮ ਕਰਨਾ ਵਾਂ ਮੈਂ ਇੱਕ ਰਿਐਲਟਰ ਹੈਗਾ ਵਾਂ ਮੈਂ ਲਾਸਟ ਈਅਰ ਜੁਆਇਨ ਕੀਤਾ ਸੀ ਹਰਮਨ ਸਿੰਘ ਜੀ ਦੇ ਨਾਲ ਐਂਡ ਈਵਨ ਦੋ ਵੀ ਹੈਵ ਅ ਕੰਪਨੀ ਜਿਹੜੀ ਕਿ ਆਮਨੀ ਮੋਰਗੇਜ ਹੈ ਜਿਹੜੀ ਕਿ ਹਰ ਤਰੀਕੇ ਦੇ ਲੋਨ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਤੁਸੀਂ ਪਹਿਲੀ ਵਾਰ ਕਰ ਲੈਣਾ ਹੋਏ ਤੁਸੀਂ ਆਪਣਾ ਡ੍ਰੀਮ ਹਾਊਸ ਲੈਣਾ ਹੋਏ ਤੁਸੀਂ ਜਦ ਮਰਜ਼ੀ ਸਾਨੂੰ ਫੋਨ ਕਰੋ ਐਂਡ ਅਸੀਂ ਤੁਹਾਨੂੰ ਉਸੇ ਵੇਲੇ ਵਧੀਆ ਤੋਂ ਵਧੀਆ ਆਪਸ਼ਨ ਲੱਭ ਕੇ ਦੇਵਾਂਗੇ ਜਿਹੜੀ ਮਾਰਕੀਟ 'ਚ ਅਵੇਲੇਬਲ ਹੋਏਗੀ ਅਤੇ ਹਰਮਨ ਭਾਅ ਜੀ ਵੀ ਤੁਹਾਨੂੰ ਇਸ ਚੀਜ਼ ਲਈ ਹੈਲਪ ਕਰਨਗੇ ਕਿ ਤਾਂ ਕਿ ਤੁਹਾਨੂੰ ਲੋਅਰ ਤੋਂ ਲੋਅਰ ਇੰਟਰਸਟ ਰੇਟ ਵਾਲੇ ਲੋਨ ਲੱਭ ਕੇ ਦੇਣ ਐਸੀ ਵਿੱਚ ਹੀ ਅਸੀਂ ਸਪੈਸ਼ਲਾਈਜੇਸ਼ਨ ਹੈ ਸਾਡੀ ਜ਼ਰੂਰ ਸਾਨੂੰ ਕਾਲ ਕਰੋ ਅਤੇ ਸਾਨੂੰ ਕੁਐਸਚਨਸ ਪੁੱਛੋ ਤਾਂ ਕਿ ਅਸੀਂ ਤੁਹਾਨੂੰ ਆਨਸਰਸ ਦੇ ਕੇ ਵਧੀਆ ਤੋਂ ਵਧੀਆ ਆਪਸ਼ਨ ਲੱਭ ਕੇ ਦਈਏ ਥੈਂਕ ਯੂ ਸੋ ਮੱਚ Hello, Sastrikal ji. My name is Gurdeep Singh. So we are probably one of the oldest broker office in Queens area. ਅਸੀਂ ਜਦ ਦਾ ਮੈਂ ਇੱਥੇ ਆਇਆ ਮੈਂ ਹਰਮਨ ਜੀ ਨਾਲ ਹੀ ਲੱਗਿਆ ਹੋਇਆ ਅਤੇ ਮੈਂ ਇੱਥੇ ਹੀ ਕੰਮ ਕਰ ਰਿਹਾ ਫਰੋਮ ਆਲਮੋਸਟ ਲਾਸਟ 13-14 ਈਅਰਸ ਅਤੇ ਵੀ ਡੂ ਆਵਰ ਬੈਸਟ ਵੀ ਹੈਲਪ ਆਵਰ ਪੀਪਲ ਵੀ ਹੈਲਪ ਆਵਰ ਕਲਾਇੰਟ ਯੂ ਨੋ ਸਾਡੇ ਕੋਲ ਜੋ ਹੁੰਦਾ ਪੋਸੀਬਲ ਹੁੰਦਾ ਅਸੀਂ ਆਪਣੇ ਕਲਾਇੰਟ ਵਾਸਤੇ ਕਰਦੇ ਹਾਂ ਅਤੇ ਜੋ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਬੜੇ ਸਟ੍ਰੇਟ ਫਾਰਵਰਡ ਉਹਨਾਂ ਨਾਲ ਗੱਲ ਕਰਦੇ ਹਾਂ ਕੋਈ ਅਸੀਂ ਐਸੀ ਕੋਈ ਗੱਲ ਨਹੀਂ ਕਰਦੇ ਜਿਹਦੇ ਨਾਲ ਉਹਨਾਂ ਨੂੰ ਫੀਲ ਹੋਵੇ ਕਿ ਬਾਅਦ 'ਚੋਂ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਈ ਅਤੇ ਉਸ ਤੋਂ ਬਾਅਦ ਸਾਡਾ ਸਾਰਾ ਕੁਝ ਇਨ ਹਾਊਸ ਪ੍ਰੋਡਕਸ਼ਨ ਹੈ ਅਸੀਂ ਮੋਰਗੇਜ ਵੀ ਅਸੀਂ ਆਪ ਸਾਡੇ ਇੱਥੇ ਆਫਿਸ 'ਚ ਮੋਰਗੇਜ 'ਚ ਮੋਰਗੇਜ ਵੀ ਹੁੰਦੀ ਹੈ ਅਤੇ ਮਿਸਟਰ ਹਰਮਨ ਮੋਰਗੇਜ ਦੇ ਵਿੱਚ ਹੈਲਪ ਕਰਦੇ ਹਾਂ ਅਤੇ ਅਸੀਂ ਰੀਅਲ ਸਟੇਟ 'ਚ ਕਰਦੇ ਹਾਂ ਅਤੇ ਵਟ ਵੀ ਕੁਡ ਡੂ ਵੀ ਟ੍ਰਾਈ ਟੂ ਡੂ ਬੈਸਟ ਫੋਰ ਆਵਰ ਕਲਾਇੰਟਸ ਵੀ ਆਰ ਵੈਰੀ ਐਕਟਿਵ ਇਨ ਕੁਈਨ ਵੀ ਆਰ ਵੈਰੀ ਐਕਟਿਵ ਇਨ ਲੌਂਗ ਆਈਲੈਂਡ ਹੈਕਸਵਿਲ ਬੈਥਪੇਜ ਈਸਟ ਮੈਡੋ ਜਿੱਥੇ ਵੀ ਕਿਸੇ ਨੂੰ ਕੋਈ ਰਿਕੁਆਇਰਮੈਂਟ ਹੈ ਕੋਈ ਘਰ ਦੀ ਲੋੜ ਹੈ ਪਲੀਜ਼ ਸਾਨੂੰ ਕੋਂਟੈਕਟ ਕਰੋ ਸਾਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਸਿੰਘ ਬੋਲ ਰਿਹਾ ਜੀ ਮੈਂ ਓਮੀ ਰਿਐਲਟੀ ਵਿੱਚ ਰੀਅਲ ਸਟੇਟ ਦਾ ਏਜੰਟ ਹਾਂ ਮੈਂ ਭਾਅ ਜੀ ਹਰਮਨ ਸਿੰਘ ਨਾਲ ਕੰਮ ਕਰ ਰਿਹਾ ਜੋ ਬੜੇ ਚੰਗੇ ਸੁਭਾਅ ਦੇ ਸਾਰੇ ਹੈਲਪ ਕਰਦੇ ਨੇ ਮੋਰਗੇਜ ਵਾਸਤੇ 'ਚ ਆਉਣਾ ਹੋਏ ਇੱਥੇ ਆਓ ਤੁਹਾਡੀ ਪੂਰੀ ਤਰ੍ਹਾਂ ਮਦਦ ਕਰਨਗੇ ਕਿਸੇ ਤਰੀਕ ਦੀ ਕਿਸੇ ਕੰਮ ਦੀ ਤੁਹਾਨੂੰ ਲੋੜ ਹੋਏ ਇੱਥੇ ਆਓ ਜੋ ਘਰ ਖਰੀਦਣਾ ਘਰ ਵੇਚਣਾ ਇੱਥੇ ਆਣ ਕੇ ਕਿਸੇ ਨਾਲ ਕੰਟੈਕਟ ਕਰੋ ਸਾਰੇ ਇੱਥੇ ਫੈਮਿਲੀ ਤੌਰ 'ਤੇ ਵਰਕ ਕਰਦੇ ਹਨ ਇੱਕ ਦੂਜੀ ਹੈਲਪ ਕਰਦੇ ਹਨ Hi, my name is Veer Singh. I do commercial loans with Omni Mortgage. I specialize in construction, commercial, and hard money loans. I work with Omni Mortgage and Omni Realty last 17 years with Mr. Harman Singh. We try to help our community, our neighbors, our nations.
So last 17 years, we are helping in New Yorkers. Hello, everybody. My name is Kunal Sharma. I'm with Omni team from last 5 years. ਜੇ ਤੁਸੀਂ ਹੈਰਿਕ ਸਕੂਲ ਡਿਸਟ੍ਰਿਕਟ ਨਿਊ ਹਾਈਟ ਪਾਰਕ ਫਲੋਰਲ ਪਾਰਕ ਬੈਲਰੋਜ਼ ਦੇ ਵਿੱਚ ਘਰ ਦੇਖ ਰਹੇ ਹੋ ਪਲੀਜ਼ ਮੈਨੂੰ ਕਾਲ ਕਰੋ ਮੇਰਾ ਨਾਮ ਕੁਨਾਲ ਸ਼ਰਮਾ ਵਿਲ ਲਵ ਟੂ ਹੈਲਪ ਯੂ ਵੈਲਕਮ ਟੂ ਆਮਨੀ ਰੀਅਲਟੀ ਮਾਈ ਨੇਮ ਇਜ਼ ਨੈਂਸੀ ਕਾਲਡਰ ਆਈ ਹੈਵ ਬੀਨ ਵਿਦ ਦ ਆਫਿਸ ਫੋਰ ਓਵਰ 25 ਈਅਰਸ ਆਈ ਸਪੈਸ਼ਲਾਈਜ਼ ਇਨ ਰੈਂਟਲ ਪ੍ਰੋਪਰਟੀ ਸਪੈਸ਼ਲਾਈਜ਼ ਆਲਸੋ ਇਨ ਹੈਲਪਿੰਗ ਨਿਊ ਹੋਮ ਬਾਇਰਸ ਫੁਲਫਿਲ ਦੇਅਰ ਡ੍ਰੀਮਸ ਆਮਨੀ ਰੀਅਲਟੀ ਇਜ਼ ਅ ਫੈਮਿਲੀ ਓਨ ਬਿਜ਼ਨਸ ਦੈ ਸਪੈਸ਼ਲਾਈਜ਼ ਇਨ ਅ ਲੋਟ ਆਫ ਡਿਫਰੈਂਟ ਏਰੀਆਸ ਸੋ ਪਲੀਜ਼ ਕਮ ਐਂਡ ਜੁਆਇਨ ਅਸ ਵੀ ਕੁਡ help in you in every need that you can. Hi, my name is Saad Murtaza. I've been working with Omni Realty for over 3 years. We specialize in residential and commercial properties from Queens to Long Island. As we are Omni Realty, we're at Omni Mortgage as well. Hi, I'm Mala from Omni Mortgage. I am here with my team. We provide our customer service, after sales services to our team. I've been here for the past 10 years and we are doing an excellent job providing customer service to our community. So I work with Mr. Herman. He is an amazing boss. He is very reputable in the community and you should support him always. ਮੈਂ ਹਰਮਨ ਸਿੰਘ ਓਮਨੀ ਮੋਰਗੇਜ ਤੋਂ ਅੱਜ ਆਪਣੀ ਟੀਮ ਨਾਲ ਇੱਥੇ ਖੜੇ ਹਾਂ ਸਾਰੇ ਅਸੀਂ ਓਮਨੀ ਮੋਰਗੇਜ ਦੇ ਜਿਹੜਾ ਅਸੀਂ ਸਾਡਾ ਇੱਕ ਸਾਗਾ ਸ਼ੁਰੂ ਹੋਇਆ ਸੀ ਅੱਜ 1996 ਤੋਂ ਅਤੇ ਉਸ ਤੋਂ ਬਾਅਦ ਨਾਲ ਅਸੀਂ ਓਮਨੀ ਰਿਐਲਟੀ ਐਡ ਕੀਤੀ ਅਤੇ ਅੱਜ ਪੂਰੀ ਟੀਮ ਸਾਡੀ ਓਮਨੀ ਰਿਐਲਟੀ ਓਮਨੀ ਮੋਰਗੇਜ ਨਾਲ ਸਾਡਾ ਓਮਨੀ ਕਮਰਸ਼ਲ ਕੈਪੀਟਲ ਜਿਹੜਾ ਸਾਡਾ ਇੱਕ ਹੋਰ ਡਿਵੀਜ਼ਨ ਅਸੀਂ ਖੋਲਿਆ ਅਤੇ ਵੀ ਆਰ ਵੈਰੀ ਪ੍ਰਾਊਡ ਕਿ ਸਾਡਾ ਐਵਰੀ ਈਅਰ ਗਰੋਥ ਹੋ ਰਹੀ ਹੈ 2019 ਸਾਡਾ ਬੜਾ ਅੱਛਾ ਈਅਰ ਸੀਗਾ 2020 ਜਿਹੜਾ ਅਸੀਂ 2020 ਜਿਹੜਾ ਅਸੀਂ T20 ਵਿਮ ਕ੍ਰਿਕਟ ਮੈਚ ਖੇਡਦੇ ਹਾਂ The same, Sada bhi 2020 jada ki asi we have big goals ki we will do a lot better than 19. Every year the company is growing, team is growing and I'm very proud of this, all this team, all these girls sitting with me in the front, they are running the whole company. And asi, that, our community da al asi kam karde hain, Sada asi Richmond Hill based hai gaya pichle 30 saal toh. Richmond Hill community sanu kafi achi tarah jaandi hai, matlab most of the time koi client nikalda hai. ਅਤੇ ਉਹ ਜ਼ਰੂਰ ਸਾਨੂੰ ਕਹਿ ਕੇ ਜਾਂਦਾ ਕਿ ਮੈਂ ਤੁਹਾਡਾ ਨਾਂ ਸੁਣਿਆ ਹੋਇਆ ਸਾਡੇ ਅੰਕਲ ਨੇ ਤੁਹਾਡੇ ਕੋਲ ਕਰ ਲਿਆ ਜਾਂ ਕਿਸੇ ਨੇ ਲਿਆ ਸੋ ਵੀ ਆਰ ਵੈਰੀ ਪ੍ਰਾਊਡ ਮੂਮੈਂਟਸ ਹੈਗੀਆਂ ਸਾਡੇ ਵਾਸਤੇ ਹੁੰਦੀਆਂ ਨੇ ਕਿ ਅਸੀਂ ਇੱਕ ਲੈਗੇਸੀ ਜਿਹੜੀ ਅਸੀਂ ਕ੍ਰੀਏਟ ਕੀਤੀ ਹੋਈ ਹੈ ਇਸ ਰਿਚਮੰਡ ਹਿਲ ਦੇ ਵਿੱਚ ਔਰ ਅਸੀਂ ਜਿਹਦੇ ਨਾਲ ਅਸੀਂ ਆਪਣੀ ਟੀਮ ਨੂੰ ਵੀ ਨਾਲ ਇਨਕਰੇਜ ਕਰਦੇ ਹਾਂ ਕਿ ਅਸੀਂ ਜੋ ਸਾਡਾ ਇੱਕ ਓਬਜੈਕਟਿਵ ਹੁੰਦਾ ਹੈ ਕਿ ਕਸਟਮਰ ਸਰਵਿਸ ਅਤੇ ਲੋਕਾਂ ਨੂੰ ਖੁਸ਼ ਕਰਨਾ ਉਹ ਅਸੀਂ ਬਹੁਤ ਅੱਛੇ ਤਰੀਕੇ ਨਾਲ ਨਿਭਾ ਰਹੇ ਹਾਂ ਐਂਡ ਵੀ ਆਰ ਵੈਰੀ ਪ੍ਰਾਊਡ ਆਫ ਇਟ ਸੋ ਇਹ ਸੀਗੀ ਜੀ ਓਮਨੀ ਮੋਰਗੇਜ ਦੀ ਟੀਮ ਅਤੇ ਬਹੁਤ ਮਜ਼ਾ ਆਇਆ ਰਿਚਮੰਡ ਹਿਲ ਵਿਖੇ ਇਸ ਆਫਿਸ ਦੇ ਵਿੱਚ ਇਸ ਟੀਮ ਨੂੰ ਮਿਲ ਕੇ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਹਿਕਸਵਿਲ ਟੀਮ ਦੇ ਨਾਲ ਮੁਲਾਕਾਤ ਕਰਨ ਔਰ ਓਮਨੀ ਮੋਰਗੇਜ ਰਿਚਮੰਡ ਹਿਲ ਕੁਈਨਸ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਵਿਸਿਜ਼ ਦੇ ਰਿਹਾ ਕਲਾਇੰਟਸ ਨੂੰ ਇੱਥੇ ਔਰ ਜਦ ਰਿਚਮੰਡ ਹਿਲ ਦੀ ਗੱਲ ਕਰਦਾ ਤੇ ਮੈਨੂੰ ਲੱਗਦਾ ਹਰਮਨ ਪਾਜੀ ਦੀ ਵੀ ਯਾਦਾਂ ਜਿਹੜੀਆਂ ਉਹ ਤਾਜ਼ਾ ਹੋ ਜਾਂਦੀ ਹੈ ਕਿਉਂਕਿ ਹਰ ਘਰ ਦੇ ਵਿੱਚ ਇੱਕ ਨਾ ਇੱਕ ਸਟੋਰੀ ਹੈਗੀ ਹੈ ਓਮਨੀ ਮੋਰਗੇਜ ਦੇ ਇਤਿਹਾਸ ਦੇ ਵਿੱਚ ਆਈ ਐਮ ਐਕਸਾਈਟਡ ਫॉर ਹਿਕਸਵਿਲ ਆਫਿਸ ਨਾਓ ਐਂਡ ਲੈਟਸ ਗੋ ਐਂਡ ਮੀਟ ਐਂਡੀ ਦੇਅਰ ਵਟ ਹੀ ਇਜ਼ ਡੂਇੰਗ ਦੇਅਰ ਐਂਡ ਵਟ ਹੀ ਇਜ਼ ਇਨਟੂ ਸਪੈਸ਼ਲਾਈਜ਼ ਚਲਿਏ ਪਾਜੀ ਲੈਟਸ ਗੋ ਭਾਜੀ ਤੁਹਾਡਾ ਤਾਂ ਬਹੁਤ ਇੱਥੇ ਦੀ ਹਿਸਟਰੀ ਮੈਨੂੰ ਲੱਗਦਾ ਰਿਚਮੰਡ ਹਿਲ ਏਰੀਆ ਦੀ ਰਹੀ ਹੈ ਜਿੰਨਾ ਤੱਕ ਸਾਨੂੰ ਪਤਾ ਕਿ ਹਰ ਘਰ ਦੇ ਵਿੱਚ ਕੁਝ ਨਾ ਕੁਝ ਸਟੋਰੀ ਹੈਗੀ ਓਮਨੀ ਮੋਰਗੇਜ ਦੀ ਬਿਲਕੁਲ ਸਹੀ ਹਰਗਿਰਤ ਮੈਂ ਇੱਥੇ ਇਸ ਏਰੀਏ 'ਚ 85 'ਚ ਮੂਵ ਹੋਇਆ ਸੀਗਾ ਜਦੋਂ ਇੱਥੇ ਕਿ ਬਈ ਆਲਮੋਸਟ ਪਾਪੂਲੇਸ਼ਨ ਜਿਹੜਾ ਡੈਮੋਗ੍ਰਾਫਿਕ ਸੀਗਾ 95% ਇਟਾਲੀਅਨ ਸੀ ਬਹੁਤ ਘੱਟ ਇੰਡੀਅਨ ਸੀ ਅਤੇ 88 'ਚ ਮੈਂ ਰਿਅਲਾਈਜ਼ ਕੀਤਾ ਕਿ ਵੀ ਇੱਥੇ ਆਪਣੇ ਕਮਿਊਨਿਟੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਕੋਈ ਨਾ ਕੋਈ ਇੱਥੇ ਸਾਡੀ ਆਪਣੀ ਸਰਵਿਸ ਦੇਣੀ ਚਾਹੀਦੀ ਸਾਨੂੰ ਅਤੇ ਮੈਂ ਰੀਅਲ ਇਸਟੇਟ ਦਾ ਲਾਇਸੈਂਸ ਲਿਆ ਅਤੇ 88-89 ਤੋਂ ਫੁੱਲ ਫਲੈਜ ਅਸੀਂ ਮੈਂ ਕੰਮ ਸ਼ੁਰੂ ਕੀਤਾ ਰੀਅਲ ਇਸਟੇਟ ਦਾ ਅਤੇ ਅਸੀਂ ਆਪਣੀ ਕਾਫੀ ਕਮਿਊਨਿਟੀ ਮੂਵ ਹੋਈ ਕਰੇਬੀਅਨ ਕਮਿਊਨਿਟੀ ਗਾਇਨੀਜ਼ ਕਮਿਊਨਿਟੀ ਅਤੇ ਮਿਕਸਚਰ ਆਫ ਸਾਰਾ ਜਿਹੜਾ ਏਸ਼ੀਅਨ ਕਮਿਊਨਿਟੀ ਆਉਣੀ ਸ਼ੁਰੂ ਹੋ ਗਈ ਅਤੇ ਮੈਂ ਰੀਅਲ ਇਸਟੇਟ ਕੀਤੀ ਘਰ ਵਿੱਚ ਅਤੇ ਉਹ ਹੁਣ ਮਤਲਬ ਇਹ ਸੈਕਿੰਡ ਜਨਰੇਸ਼ਨ ਜਿਹੜੇ ਆਲਮੋਸਟ ਹੋ ਗਈ ਹੈ ਉਹਨਾਂ ਜਿਨ੍ਹਾਂ ਨੇ ਘਰ ਲਏ ਉਹਨਾਂ ਦੇ ਬੱਚੇ ਵੱਡੇ ਹੋਏ ਹੁਣ ਬੱਚੇ ਇਸ ਟਾਈਮ ਘਰ ਲੈ ਰਹੇ ਨੇ ਅਤੇ ਇਸ ਰਿਚਮੰਡ ਹਿਲ ਨਾਲ ਸਾਡੀਆਂ ਟਾਈਜ਼ ਤਾਂ ਜੁੜੀਆਂ ਨੇ ਕਿ ਅਸੀਂ ਜਦੋਂ ਅਮੈਰੀਕਾ ਆਏ ਸੀ ਅਤੇ ਅਸੀਂ ਸਿੱਧਾ ਪਹਿਲੇ ਆ ਕੇ ਮੈਂ ਜਿਹੜਾ ਮੇਰਾ ਬੇਸ ਸੀਗਾ ਉਹ ਮੈਂ ਮੂਵ ਹੋਇਆ ਰਿਚਮੰਡ ਹਿਲ 'ਚ ਮੂਵ ਹੋਇਆ ਇੱਥੋਂ ਹੀ ਰੀਅਲ ਇਸਟੇਟ ਸ਼ੁਰੂ ਕੀਤੀ ਕਮਿਊਨਿਟੀ ਦੀ ਕਾਫੀ ਸਾਨੂੰ ਸਪੋਰਟ ਮਿਲੀ ਅਸੀਂ ਵੀ ਨਾਲ ਅਸੀਂ ਕਮਿਊਨਿਟੀ ਨਾਲ ਕੰਮ ਕਰਦੇ ਰਹੇ ਅਤੇ ਸਾਡਾ ਅਸੀਂ ਫਿਰ ਆਪਣਾ ਆਫਿਸ ਖੋਲ੍ਹਿਆ
ਫਿਰ ਅਸੀਂ ਮੋਰਗੇਜ ਕੰਪਨੀ ਦੇਖਿਆ, ਮੋਰਗੇਜ ਦੀ ਨੀਡ ਸੀ ਆਪਣੇ ਲੋਕਾਂ ਨੂੰ, ਬੜੀ ਦਿੱਕਤ ਆਉਂਦੀ ਸੀ ਮੋਰਗੇਜ ਕਰਾਉਣ ਦੀ ਕਿਉਂਕਿ ਆਪਣੀ ਮੋਰਗੇਜ ਕੰਪਨੀ ਕੋਈ ਵੀ ਨਹੀਂ ਸੀ ਆਪਣੀ ਇੰਡੀਅਨ ਕੰਪਨੀ। ਉਸ ਵੇਲੇ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੇਰੇ ਖਿਆਲ ਅਮੈਰੀਕਾ 'ਚ ਇੱਕੋ ਪਹਿਲੀ ਇੰਡੀਅਨ ਕੰਪਨੀ ਆਪਣੀ ਪੰਜਾਬੀ ਜਿਹੜੀ ਮੋਰਗੇਜ ਕੰਪਨੀ ਉਹ ਸਾਡੀ ਓਮਨੀ ਮੋਰਗੇਜ ਸੀ। ਉਹ ਸ਼ੁਰੂ ਇਸ ਕਰਕੇ ਕੀਤੀ ਸੀ ਕਿ ਵੀ ਸਾਨੂੰ ਕਿ ਵੀ ਆਪਣੇ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਸੀ ਮੋਰਗੇਜ ਕਰਾਉਣ ਵਾਸਤੇ ਲਿਮਿਟਿਡ। ਉਸ ਵੇਲੇ ਉਹਨਾਂ ਦਿਨਾਂ 'ਚ ਬੈਂਕ ਵੀ ਬੜੇ ਘੱਟ ਲੋਨ ਕਰਦੇ ਸੀ, ਦੋ ਤਿੰਨ ਪ੍ਰਾਈਵੇਟ ਲੋਨ ਬੈਂਕਰ ਹੁੰਦੇ ਸੀ ਲੌਂਗ ਰਨ ਵਿੱਚ, ਅਤੇ ਉਹਦੇ ਨਾਲ ਅਸੀਂ ਮੋਰਗੇਜ ਦਾ ਕੰਮ ਸ਼ੁਰੂ ਕੀਤਾ। ਮੈਨੂੰ ਲੱਗਦਾ ਕਿ ਜਿੱਥੇ ਮੋਰਗੇਜ ਦੀ ਰਿਕੁਆਇਰਮੈਂਟ ਹੋਈ ਸਾਡੀ ਕਮਿਊਨਿਟੀ ਦੇ ਵਿੱਚ, ਉਹਨੂੰ ਤੁਸੀਂ ਫੁਲਫਿਲ ਕਰਕੇ ਹਰ ਇੱਕ ਘਰ ਛੱਡ ਕੇ, ਮੈਂ ਕਹਿ ਸਕਦਾ ਕਿ ਅੱਜ ਉਹ ਓਮਨੀ ਮੋਰਗੇਜ ਦੀ ਸਰਵਿਸਿਸ ਨੂੰ ਯਾਦ ਵੀ ਕਰਦੇ ਹਨ ਔਰ ਤੁਹਾਡਾ ਧੰਨਵਾਦ ਵੀ ਕਰਦੇ ਹਨ, ਕਿਉਂਕਿ ਉਹਨਾਂ ਦਾ ਜਿਹੜਾ ਆਈ ਥਿੰਕ ਅਮੈਰੀਕਨ ਡ੍ਰੀਮ ਆ ਉਹ ਪੂਰਾ ਹੋਇਆ। ਅਸੀਂ ਬੇਸਿਕਲੀ ਜਦੋਂ ਅਸੀਂ ਇੱਥੇ ਆਏ, ਜਦੋਂ ਘਰ ਅਸੀਂ ਵੇਚਣੇ ਸ਼ੁਰੂ ਕੀਤੇ ਮੈਂ 88-89 ਦੇ ਵਿੱਚ, ਅਤੇ ਉਸ ਵੇਲੇ ਪਾਪੂਲੇਸ਼ਨ ਦਾ ਥੋੜ੍ਹਾ ਗਾਇਨੀਜ਼ ਕਮਿਊਨਿਟੀ ਵੀ ਆ ਰਹੀ ਸੀ, ਆਪਣੀ ਪੰਜਾਬੀ ਕਮਿਊਨਿਟੀ ਵੀ ਆ ਰਹੀ ਸੀ, ਇਟਾਲੀਅਨ ਘਰ ਵੇਚ ਰਹੇ ਸੀਗੇ, ਅਤੇ ਮੈਂ ਦੋਨੋਂ ਸਾਰੀ ਕਮਿਊਨਿਟੀ ਦਾ ਕੰਮ ਕੀਤਾ। ਮੈਂ ਆਪਣੇ ਉਹਨਾਂ ਇਟਾਲੀਅਨਸ ਕੋਲੋਂ ਲਿਸਟਿੰਗਾਂ ਲੈਣੀਆਂ, ਆਪਣੇ ਲੋਕਾਂ ਨੂੰ ਘਰ ਦਿਖਾਉਣਾ, ਅਤੇ ਉਹ ਇੰਨਾ ਕੁ ਸਾਰਾ ਦਿਨ ਅਸੀਂ ਦੌੜ ਭੱਜ ਕਰਦੇ ਸੀਗੇ ਕਿ ਹੁਣ ਵੀ ਮੈਮਰੀ ਕਈ ਵਾਰ ਹੁਣ ਯਾਦ ਆ ਜਾਂਦਾ ਕਿ ਤੁਸੀਂ ਸਾਨੂੰ ਐਡਰੈਸ ਦਿਓ, ਅਤੇ ਮੈਨੂੰ ਆਈਡੀਆ ਲੱਗ ਜਾਂਦਾ ਕਿ ਇਹ ਘਰ ਦਾ ਇਹੋ ਜਿਹਾ ਘਰ ਹੈ, ਇਹਦਾ ਡਰਾਈਵੇ ਹੈ ਨਹੀਂ ਹੈ, ਕਿਉਂਕਿ ਆਪਣਾ ਰਿਚਮੰਡ ਹਿੱਲ ਖਾਸ ਕਰਕੇ ਮੈਂ ਇੱਕ ਇੱਕ ਸਟਰੀਟ 'ਤੇ ਜਾ ਕੇ ਇੱਕ ਇੱਕ ਘਰ ਦੇ ਉੱਤੇ ਡੋਰ ਨਾਕ ਕਰਕੇ ਲੋਕਾਂ ਨੂੰ ਆਪਣਾ ਇੰਟਰੋਡਕਸ਼ਨ ਦਿੱਤੀ ਹੋਈ ਸੀਗੀ। ਕਿ ਉਹਨਾਂ ਦਿਨਾਂ 'ਚ ਕੋਈ ਸੈੱਲਫੋਨ ਨਹੀਂ ਸੀਗੇ, ਉਹਨਾਂ ਦਿਨਾਂ 'ਚ ਕੋਈ ਹੋਰ ਮੀਡੀਆ ਨਹੀਂ ਸੀਗਾ ਸੋਸ਼ਲ ਮੀਡੀਆ, ਅਤੇ ਸਾਨੂੰ ਮਿਡ ਫਿਜ਼ੀਕਲ ਮੀਡੀਆ ਹੋਈ ਸੀ ਕਿ ਆਪ ਖੜ੍ਹੇ ਹੋ ਕੇ ਸਟੇਸ਼ਨ 'ਤੇ ਜਾ ਕੇ ਬਿਜ਼ਨਸ ਕਾਰਡ ਵੰਡੋ, ਆਪਣੀ ਇੰਟਰੋਡਕਸ਼ਨ ਕਰਾਓ, ਅਤੇ ਉਹ ਵੀ ਅਸੀਂ ਖੜ੍ਹੇ ਕੇ ਸਰਦੀਆਂ 'ਚ ਖੜ੍ਹੇ ਹੋ ਕੇ ਲੈਫਟ ਦੇ ਸਟੇਸ਼ਨ 'ਤੇ ਮੈਂ ਕਾਰਡ ਆਪਣੇ ਸਿਰੇ ਵੰਡੇ ਹੋਏ ਨੇ ਕਿ ਵੀ ਘਰ ਲੈਣਾ ਅਤੇ ਮੈਨੂੰ ਕਾਲ ਕਰੋ, ਅਤੇ ਉਹ ਚੀਜ਼ ਜਿਹੜੀ ਹੁਣ ਮੈਮਰੀ ਸਾਡੀ ਅਟੈਚਮੈਂਟ ਨੇ, ਅਤੇ ਅੱਜ ਅਸੀਂ ਉਹ ਸਾਡਾ ਅਸੀਂ ਆਫਿਸ ਖੋਲ੍ਹਿਆ, ਉਸ ਤੋਂ ਬਾਅਦ ਪਹਿਲੇ ਇੱਕ ਛੋਟਾ ਆਫਿਸ ਸੀਗਾ, ਫਿਰ ਅਸੀਂ ਹੁਣ ਵੱਡਾ ਆਫਿਸ ਖੋਲ੍ਹਿਆ, ਉਸ ਹੁਣ ਕਮਿਊਨਿਟੀ ਨਾਲ ਸਾਡਾ ਬਹੁਤ ਜ਼ਿਆਦਾ ਇੰਟਰੈਕਸ਼ਨ ਹੈਗਾ ਕਿ ਅਸੀਂ ਆਲਮੋਸਟ ਹਰ ਬਲਾਕ 'ਚ ਘਰ ਵੇਚਿਆ, ਲੋਨ ਕੀਤਾ ਹੋਇਆ, ਡੈਫੀਨੇਟਲੀ ਕੀਤਾ ਹੋਏਗਾ। ਹਰਮਨ ਜੀ, ਮੈਂ ਇਸ ਗੱਲ ਨੂੰ ਵੀ ਸਮਝਦਾ ਕਿ ਟ੍ਰੈਂਡ ਵੀ ਲੱਗਦਾ ਕਿ ਮਾਰਕੀਟ ਦੇ ਵਿੱਚ ਤੁਸੀਂ ਲੈ ਕੇ ਆਏ ਹੋ, ਕਿ ਪਹਿਲਾਂ ਇੱਥੇ ਜਿਹੜੇ ਸਾਡੀ ਕਮਿਊਨਿਟੀ ਸੀ ਉਹ ਰੈਂਟਲ ਇਨਕਮ ਦੇ ਉੱਤੇ ਜ਼ਿਆਦਾ ਰਹਿੰਦੀ ਸੀ, ਐਂਡ ਦੈਨ ਆਈ ਥਿੰਕ ਯੂ ਮੋਟੀਵੇਟਿਡ ਦੈਮ ਟੂ ਬਾਈ ਯੋਰ ਓਨ ਹਾਊਸ। ਇਹ ਡੈਫੀਨੇਟਲੀ ਮੇਰੇ ਕੋਲ ਜਦੋਂ ਵੀ ਕੋਈ ਆਪਣਾ ਪੁਰਾਣੇ ਟਾਈਮ 'ਤੇ ਜਦੋਂ ਕੋਈ ਆਉਣਾ ਕਿਸੇ ਨੇ ਵੀ ਅਸੀਂ ਰੈਂਟ ਕਰ ਰਹੇ ਹਾਂ, ਉਹਨਾਂ ਦਿਨਾਂ ਰੈਂਟ ਵੀ ਘੱਟ ਹੁੰਦੇ ਸੀ ਅਤੇ ਘਰ ਵੀ ਸਸਤੇ ਹੁੰਦੇ ਸੀ, ਅਤੇ ਅਸੀਂ ਜਦੋਂ ਕੈਲਕੂਲੇਸ਼ਨ ਕਰਨੀ ਤਾਂ ਅਸੀਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਅਗਰ 1000-1200 ਰੈਂਟ ਪੇ ਕਰ ਰਹੇ ਹੋ ਅਤੇ ਤੁਸੀਂ ਅਗਰ ਘਰ ਲੈਂਦੇ ਹੋ ਤਾਂ ਤੁਹਾਡੀ ਮੋਰਗੇਜ 16-1700 ਡਾਲਰ ਬਣਨੀ ਹੈ, ਅਤੇ ਅਸੀਂ ਬਹੁਤ ਲੋਕਾਂ ਨੂੰ ਇਨਕਰੇਜ ਕੀਤਾ ਕਿ ਵੀ ਤੁਸੀਂ ਆਪਣਾ ਕਰ ਲਓ, ਔਰ ਉਹਦੇ ਨਾਲ ਹੁਣ ਵੀ ਅਸੀਂ ਇਨਕਰੇਜ ਕਰਦੇ ਹਾਂ। ਹੁਣ ਰੈਂਟ ਬਹੁਤ ਵੱਧ ਗਏ ਨੇ, ਹੁਣ ਵੀ ਅਸੀਂ ਟੈਨੈਂਟ ਆਉਂਦੇ ਨੇ ਸਾਡੇ ਕੋਲ, ਅਸੀਂ ਕਈ ਵਾਰ ਦੇਖਦੇ ਹਾਂ ਕ੍ਰੈਡਿਟ ਅੱਛਾ ਹੈ ਆਪਣਾ ਬੰਦਾ, ਅਸੀਂ ਇਨਕਰੇਜ ਕਰਦੇ ਹਾਂ ਵੀ ਤੁਸੀਂ ਆਪਣਾ ਘਰ ਕਿਉਂ ਨਹੀਂ ਲੈਂਦੇ ਹੈਗੇ, ਕਿਉਂਕਿ ਅਮੈਰੀਕਨ ਡ੍ਰੀਮ ਹਰ ਬੰਦੇ ਦਾ ਇਹ ਵੇ ਕਿ ਵੀ ਸਾਡਾ ਆਪਣਾ ਘਰ ਹੋਣਾ ਚਾਹੀਦਾ ਵੇ, ਔਰ ਘਰ ਲੈਣ ਦੇ ਫਾਇਦੇ ਵੀ ਨੇ ਕਿ ਘਰ ਦੇ ਅਪਾਰਟਮੈਂਟ ਦੀ ਲਿਮਿਟਿਡ ਸਪੇਸ ਹੁੰਦੀ ਹੈ, ਮਗਰ ਬੱਚੇ ਨੇ ਜਾਂ ਤੁਸੀਂ ਪਲੈਨਿੰਗ ਕਰ ਰਹੇ ਹੋ ਫੈਮਿਲੀ ਦੀ, ਅਤੇ ਘਰ ਵੱਡਾ ਹੋਏਗਾ, ਬੈਕਯਾਰਡ ਹੋਏਗਾ, ਬੱਚੇ ਖੇਡ ਸਕਣਗੇ, ਬੇਸਮੈਂਟ ਆਉਂਦੀਆਂ ਨੇ, ਐਕਸਟਰਾ ਸਪੇਸ ਹੈ, ਔਰ ਉਹਨੇ ਕਿ ਜਿੰਨੇ ਕੁ ਦੀ ਕਿਸ਼ਤ ਤੁਸੀਂ ਤੁਹਾਡੀ ਮੋਰਗੇਜ ਹੀ ਬਣਦੀ ਹੈ ਉਹਦੇ ਆਲਮੋਸਟ ਹੀ ਤੁਹਾਡਾ ਰੈਂਟ ਹੁੰਦਾ ਵੇ। ਤੁਸੀਂ 2 ਫੈਮਿਲੀ ਘਰ ਲੈ ਲਿਆ ਅਤੇ ਅਸੀਂ ਸੈਕਿੰਡ ਫਲੋਰ ਰੈਂਟ ਕਰਤਾ, ਅਤੇ ਅਸੀਂ ਡੈਫੀਨੇਟਲੀ, ਮੈਂ ਹੁਣ ਵੀ ਮੇਰੀ ਨੇਚਰ ਹੈ ਕਿ ਮੈਂ ਹਰ ਬੰਦੇ ਨੂੰ ਇਨਕਰੇਜ ਕਰਦਾ ਕਿ ਦੇਖੋ ਅਗਰ ਆਏ ਹੋ ਕਿਸੇ ਦੀ ਗਾਈਡੈਂਸ ਚਾਹੀਦੀ ਹੁੰਦੀ ਹੈ, ਸਾਨੂੰ ਵੀ ਕਿਸੇ ਦੀ ਗਾਈਡੈਂਸ ਮਿਲੀ ਸੀ ਅਤੇ ਅਸੀਂ ਇਹ ਕੰਮ ਸ਼ੁਰੂ ਕੀਤਾ, ਅਤੇ ਅਸੀਂ ਵੀ ਗਾਈਡੈਂਸ ਕਰਦੇ ਹਾਂ ਆਪਣੀ ਕਮਿਊਨਿਟੀ ਨੂੰ ਕਿ ਵੀ ਤੁਸੀਂ ਪ੍ਰੋਪਰ ਸਟੈਪ ਚੁੱਕੋ, ਆਪਣਾ ਕਰ ਲਓ ਔਰ ਘਰ ਆਪਣਾ ਲੈ ਕੇ ਫਿਰ ਜਿਹੜੀ ਡ੍ਰੀਮਸ ਉਹ ਵੀ ਪੂਰੇ ਬੰਦਾ ਕਰ ਲੈਂਦਾ। ਔਰ ਮੈਂ ਇਸ ਗੱਲ ਨੂੰ ਵੀ ਜ਼ਰੂਰ ਕਹਾਂਗਾ ਹਰਮਨ ਜੀ ਕਿ ਅੱਜ ਰਿਚਮੰਡ ਹਿੱਲ ਏਰੀਆ ਜਿਹੜਾ ਹੈਗਾ ਉਹ ਪੰਜਾਬੀਆਂ ਦਾ ਗੜ ਹੋ ਚੁੱਕਿਆ, ਜਿੱਥੇ ਹੁਣ ਪੰਜਾਬ ਐਵੀਨਿਊ ਵੀ ਜਿਹੜਾ ਹੈਗਾ ਸਟਰੀਟ ਦਾ ਨਾਮ ਹੋਣ ਜਾ ਰਿਹਾ ਹੈ, ਬਕਾਇਦਾ ਪੂਰੀ ਜਿਹੜੀ ਰਿਚਮੰਡ ਹਿੱਲ 101 ਐਵੀਨਿਊ ਹੈਗੀ ਹੈ, ਅਸੀਂ ਇੱਕ ਵੀ ਘਰ ਦੇ ਉੱਤੇ ਜਾਈਏ ਤਾਂ ਸਾਨੂੰ ਉਹ ਆਪਣੀ ਪੰਜਾਬ ਦੀ ਜਿਹੜੀ ਖੁਸ਼ਬੂ ਹੈ ਉਹ ਨਜ਼ਰ ਆਉਂਦੀ ਹੈ। ਬਿਲਕੁਲ ਬਿਲਕੁਲ, ਇਹ ਜਿਹੜਾ ਵੇ ਕਿਉਂਕਿ ਸਾਡੀ ਜਿਹੜੀ ਪੰਜਾਬੀਆਂ ਦੀ ਸ਼ਾਨ ਜਿਹੜੀ ਹੈ ਐਕਚੁਅਲੀ ਸ਼ੁਰੂਆਤ ਅਮੈਰੀਕਾ ਜਿਹੜੀ ਅਰਕੋ ਜਾਂ ਨਿਊਯਾਰਕ ਇਸ ਤੋਂ ਉਹ ਰਿਚਮੰਡ ਹਿੱਲ ਨਾਲ ਹੈ, ਕਿਉਂਕਿ ਰਿਚਮੰਡ ਹਿੱਲ ਦਾ ਜਿਹੜਾ ਗੁਰੂ ਘਰ ਹੈ ਜਿਹੜਾ 118 ਸੀਟ ਵਾਲਾ, ਉਹੀ ਉਹ ਇੱਕ ਗੁਰੂ ਘਰ ਹੁੰਦਾ ਸੀ ਜਦੋਂ ਅਸੀਂ ਆਏ ਸੀਗੇ। ਉਹ ਸਲੋਲੀ ਸਲੋਲੀ ਉਹਨਾਂ ਨੇ ਨਾਲ ਦੀ ਪ੍ਰਾਪਰਟੀਆਂ ਬਾਏ ਕੀਤੀਆਂ, ਅੱਛੀ ਮੈਨੇਜਮੈਂਟ ਨੇ ਅੱਛੇ ਡਿਸੀਜ਼ਨ ਲਏ ਅਤੇ ਅੱਜ ਉਹ ਐਡਾ ਵੱਡਾ ਗੁਰੂ ਘਰ ਬਣ ਗਿਆ। ਉਹ ਅਸੀਂ ਨਾਲ ਹੀ ਉਹਨਾਂ ਦੇ ਉਸੇ ਸਟਰੀਟ 'ਤੇ ਅਸੀਂ ਰਹਿੰਦੇ ਸੀਗੇ, ਅਤੇ ਸਾਡੀ ਉਸ ਗੁਰੂ ਘਰ ਨਾਲ ਬੜੀ ਅਟੈਚਮੈਂਟ ਵੀ ਰਹੀ ਹੈ ਕਿ ਅਸੀਂ ਉਹ ਗੁਰੂ ਘਰ ਨੂੰ ਪੂਰਾ ਸ਼ੇਪ ਅਪ ਆਉਂਦੇ ਵੇਖਿਆ, ਛੋਟੇ ਜਿਹੇ ਗੁਰੂ ਘਰ ਤੋਂ ਪਹਿਲੇ ਚਰਚ ਦੀ, ਫਿਰ ਉਹਨਾਂ ਨੇ ਬਾਏ ਕੀਤੀ, ਨਾਲ ਦਾ ਕਾਰਵਾਈ ਕੀਤਾ, ਐਕਸਟੈਂਸ਼ਨ ਕੀਤੀ, ਉਹ ਸਾਰੀਆਂ ਮੈਮਰੀਜ਼ ਅਟੈਚ ਨੇ। ਔਰ ਆਪਣੀ ਕਮਿਊਨਿਟੀ ਜਿਹੜੀ ਉਹਨਾਂ ਨੇ ਵੀ ਦੇਖਿਆ ਵੀ ਗੁਰੂ ਘਰ ਇੱਥੇ ਕਰਕੇ ਆਪਣੀ ਕਮਿਊਨਿਟੀ ਕਾਫੀ ਮੂਵ ਹੋਣੀ ਸ਼ੁਰੂ ਹੋ ਗਈ, ਅਤੇ 101 ਐਵਨਿਊ, 97th ਐਵਨਿਊ, 95th ਐਵਨਿਊ ਜਿਹੜਾ ਗੁਰੂ ਘਰ ਦੇ ਨਾਲ ਨਾਲ ਹੈ, ਉਹ ਇੰਨਾ ਕੁ ਡੈਂਸਲੀ ਪਾਪੂਲੇਟ ਆਪਣੀ ਕਮਿਊਨਿਟੀ ਨਾਲ।
ਹੁਣ ਅਸੀਂ ਲੌਂਗ ਆਈਲੈਂਡ ਚੱਲੇ ਹਾਂ ਅਤੇ ਲੌਂਗ ਆਈਲੈਂਡ ਵੀ ਤੁਹਾਡਾ ਆਫਿਸ ਹੈਗਾ ਬਕਾਇਦਾ, ਉੱਥੇ ਐਂਡੀ ਜਿਹੜੇ ਨੇ ਉਹਨੂੰ ਸੰਭਾਲਦੇ ਨੇ ਲੌਂਗ ਆਈਲੈਂਡ ਦੇ ਵਿੱਚ, ਅਤੇ ਕੁਈਨਸ ਔਰ ਲੌਂਗ ਆਈਲੈਂਡ ਦੀ ਮਾਰਕੀਟ ਦੇ ਵਿੱਚ ਕੀ ਫਰਕ ਆ? ਇਹ ਵੇਖੀ ਅਸੀਂ ਜੀ, ਪਹਿਲੇ ਜਦੋਂ ਸ਼ੁਰੂ ਤੋਂ ਜਦੋਂ ਅਸੀਂ ਰਿਚਮੰਡ ਹਿੱਲ ਆਫਿਸ ਖੋਲਿਆ ਸੀ ਤਾਂ ਰਿਚਮੰਡ ਹਿੱਲ ਅਸੀਂ ਕੰਮ ਕੀਤਾ, ਰਿਚਮੰਡ ਹਿੱਲ ਸਾਡਾ ਬੇਸ ਬਣ ਗਿਆ, ਰਿਚਮੰਡ ਹਿੱਲ ਸਾਡਾ ਬੇਸਿਕਲੀ ਹੈੱਡ ਆਫਿਸ ਹੈ, ਅਤੇ ਅਸੀਂ ਫਿਰ ਦੇਖਿਆ ਕਿ ਕਮਿਊਨਿਟੀ ਨੀਡ ਜਿਹੜੀ ਹੈ ਕਿ ਸਾਡੀ ਹੁਣ ਕਮਿਊਨਿਟੀ ਸਲੋਲੀ 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 ਜਦੋਂ ਹੁਣ ਕਿ ਬੱਚਿਆਂ ਨੇ ਡਿਸਾਈਡ ਕੀਤਾ, ਬੱਚੇ ਵੱਡੇ ਸੈਕਿੰਡ ਜਨਰੇਸ਼ਨ ਆ ਗਈ, ਅਤੇ ਸੈਕਿੰਡ ਜਨਰੇਸ਼ਨ ਨੇ ਦੇਖਿਆ ਵੀ ਅਸੀਂ ਉਹਨਾਂ ਨੂੰ ਅਸੀਂ ਦੂਜੇ ਪਾਸੇ ਵੀ ਐਕਸਪਲੋਰ ਕਰੀਏ, ਅਤੇ ਉਹਨਾਂ ਨੇ ਲੌਂਗ ਰਨ ਦਾ ਏਰੀਆ ਦੇਖਿਆ ਕਿ ਲੌਂਗ ਰਨ ਵੀ ਮੂਵ ਕਰਨਾ ਸ਼ੁਰੂ ਕਰ। ਇੱਕ ਹੋਰ ਵੀ ਰੀਜ਼ਨ ਸੀ ਲੌਂਗ ਰਨ ਮੂਵ ਕਰਨ ਦਾ ਕਿ ਸਾਡੇ ਕੁਈਨਸ ਦੇ ਵਿੱਚ ਇਸ ਟਾਈਮ ਘਰ ਜਿਹੜੇ ਨੇ ਉਹ ਕਾਫੀ ਮਹਿੰਗੇ ਹੋ ਚੁੱਕੇ ਨੇ, ਕਿ ਸਿਟੀ ਏਰੀਆਜ਼ ਪ੍ਰਾਪਰਟੀਜ਼ ਹਮੇਸ਼ਾ ਮਹਿੰਗੀਆਂ ਹੁੰਦੀਆਂ ਨੇ, ਡਿਫਰੈਂਟ ਕਮਿਊਨਿਟੀਜ਼ ਆਉਣੀਆਂ ਸ਼ੁਰੂ ਹੋ ਗਈਆਂ ਨੇ, ਚਾਈਨੀਜ਼ ਨੇ, ਮਿਕਸ ਕਮਿਊਨਿਟੀ, ਯੂ ਨੋ, ਸਪੈਨਿਸ਼ ਵਗੈਰਾ, ਬੰਗਾਲੀ, ਅਤੇ ਉਹ ਪ੍ਰਾਈਸਿਸ ਨੂੰ ਉੱਪਰ ਲਾਈਆਂ, ਅਤੇ ਉਸ ਕਰਕੇ ਕਈ ਵਾਰ ਹੁੰਦਾ ਕਿ ਤੁਸੀਂ ਘਰ ਜਿਹੜਾ ਲੈਣਾ ਚਾਹੁੰਦੇ ਹੋ ਉਹ ਘਰ ਤੁਹਾਨੂੰ ਕਈ ਵਾਰ ਤੁਸੀਂ ਕੁਈਨਸ ਵਿੱਚ ਮਹਿੰਗਾ ਲੱਗਦਾ, ਅਫੋਰਡੇਬਿਲਿਟੀ ਮੁਸ਼ਕਿਲ ਹੁੰਦੀ ਹੈ, ਅਤੇ ਉਹੀ ਉਹ ਅਗਰ ਤੁਸੀਂ ਬੰਦਾ ਡਿਸਾਈਡ ਕਰੇ ਮੈਂ ਲੌਂਗ ਰਨ ਮੂਵ ਕਰ ਜਾਵਾਂ, ਅਤੇ ਲੌਂਗ ਰਨ ਤੁਹਾਨੂੰ ਐਕਸਟਰਾ ਸਪੇਸ ਹੈ, ਐਕਸਟਰਾ ਹਰ ਚੀਜ਼ ਡਿਫਰੈਂਟ ਹੈ, ਅਤੇ ਯੰਗਰ ਜਨਰੇਸ਼ਨ ਜਿਹੜੀ ਹੈ ਉਹਨਾਂ ਨੇ ਆਪਣਾ ਐਕਸਪਲੋਰ ਕਰਕੇ, ਕਿਉਂਕਿ ਅੱਜ ਕੱਲ੍ਹ ਮੀਡੀਆ ਸੋਸ਼ਲ ਮੀਡੀਆ ਨੇ ਐਕਟਿਵ ਹੈ, ਫਿੰਗਰ ਟਿਪ 'ਤੇ ਤੁਸੀਂ ਫੋਨ ਔਨ ਕਰੋ ਅਤੇ ਤੁਹਾਨੂੰ ਜ਼ਿਲੋ 'ਤੇ ਸਾਰੀਆਂ ਚੀਜ਼ਾਂ ਮਿਲਦੀਆਂ ਲੱਗੇ ਕਿ ਵੀ ਕਿੱਥੇ ਕਰ ਕਿੰਨੇ ਦਾ ਮਿਲ ਰਿਹਾ, ਅਤੇ ਉਸ ਕਰਕੇ ਮਾਇੰਡ ਸੈੱਟ ਹੋਇਆ ਕਮਿਊਨਿਟੀ ਨੇ ਮੂਵ ਕਰਨਾ ਸ਼ੁਰੂ ਕਰਤਾ, ਅਤੇ ਅਸੀਂ ਉਸ ਕਮਿਊਨਿਟੀ ਨੂੰ ਉੱਥੇ ਵੀ ਸਰਵਿਸ ਦੇਣ ਵਾਸਤੇ ਅਸੀਂ ਆਪਣਾ ਹਿਕਸਵਿਲ ਆਫਿਸ ਖੋਲਿਆ, ਕਿ ਜਿਹੜਾ ਸੈਂਟਰਲੀ ਲੋਕੇਟਡ ਆਫਿਸ ਹੈਗਾ ਇਸ ਟਾਈਮ, ਹਿਕਸਵਿਲ ਇਜ਼ ਬਿਕਮਿੰਗ ਅ ਪ੍ਰਾਈਮ ਟਾਊਨ ਆਫ ਦਾ ਕਮਿਊਨਿਟੀ, ਕਿਉਂਕਿ ਉੱਥੇ ਆਪਣੇ ਇੰਡੀਅਨ ਸੁਪਰ ਮਾਰਕੀਟਸ ਹੈਗੀਆਂ ਨੇ, ਇੰਡੀਅਨ ਬਾਜ਼ਾਰ ਨੇ, ਅਤੇ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਹਿਕਸਵਿਲ ਡਿਸਾਈਡ ਕੀਤਾ ਕਿ ਅਸੀਂ ਆਪਣਾ ਆਫਿਸ ਉੱਥੇ ਵੀ ਖੋਲੀਏ। ਵੈਰੀ ਨਾਈਸ, ਅਤੇ ਹੁਣ ਮੈਂ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹਿਕਸਵਿਲ ਦੇ ਵਿੱਚ ਜਿਹੜੀ ਸਰਵਿਸਿਜ਼ ਤੁਸੀਂ ਦਿੰਦੇ ਹੋ ਆਪਣੇ ਕਲਾਇੰਟਸ ਨੂੰ, ਐਂਡ ਆਈ ਐਮ ਵੈਰੀ ਐਕਸਾਈਟਿਡ ਫੋਰ ਯੂ ਨੋ ਹਿਕਸਵਿਲ ਆਫਿਸ ਐਂਡ ਆਫ ਕੋਰਸ ਫੋਰ ਐਂਡੀ। ਮਗਰ ਫਰਦਰ ਜਿਹੜੀ ਅਸੀਂ ਮੋਰਗੇਜ ਦੀ ਗੱਲ ਜਿਹੜੀ ਆ ਗਈ, ਅਸੀਂ ਮੋਰਗੇਜ ਹੈ ਕਿਉਂਕਿ ਅਸੀਂ ਮੋਰਗੇਜ ਅਸੀਂ ਜ਼ਿਆਦਾ ਐਮਫਸਾਈਜ਼ ਅਸੀਂ ਕਿਉਂਕਿ ਕੀ ਅੱਜ ਕੱਲ੍ਹ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਆਪਣੇ ਲੋਕਾਂ ਨੂੰ ਇਹ ਵੀ ਦਿੱਕਤ ਆਉਂਦੀ ਸੀ ਕਿ ਲੋਨ ਅਪਰੂਵ ਕਰਾਉਣੇ ਔਖੇ ਹੁੰਦੇ ਸੀਗੇ, ਕਿਉਂਕਿ ਕਈ ਵਾਰ ਹੁੰਦਾ ਕਿ ਤੁਸੀਂ ਲੋਨ ਤੁਸੀਂ ਬੈਂਕ ਵੱਡੇ ਬੈਂਕ ਹਰ ਤਰੀਕੇ ਦਾ ਲੋਨ ਨਹੀਂ ਕਰਦੇ, ਅਤੇ ਉਸ ਵਾਸਤੇ ਅਸੀਂ ਆਪਣੀ ਕਮਿਊਨਿਟੀ ਨੂੰ ਅੰਡਰਸਟੈਂਡ ਕਰਦੇ ਹੋਇਆ, ਉਹਨਾਂ ਦੀ ਨੀਡ ਨੂੰ ਅੰਡਰਸਟੈਂਡ ਕਰਦੇ ਹੋਇਆ, ਅਸੀਂ ਮੋਰਗੇਜ ਬਿਜ਼ਨਸ ਨੂੰ ਵੀ ਬਹੁਤ ਜ਼ਿਆਦਾ ਐਮਫਸਾਈਜ਼ ਦਿੱਤਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਭਾਵੇਂ ਇੱਕੋ ਹੀ ਪੰਜਾਬੀ ਕੰਪਨੀ ਜਿਹੜੀ ਮੋਰਗੇਜ ਦਾ ਜਿਹੜਾ ਕੰਮ ਕਰਦੀ ਹੈ ਆਪਣੀ, ਇੰਨੀ ਐਗਰੈਸਿਵਲੀ ਆਪਣਾ ਲਾਇਸੈਂਸ ਰੱਖ ਕੇ ਅਸੀਂ ਮੇਨਟੇਨ ਕੀਤਾ ਹੋਇਆ 1996 ਤੋਂ ਲਾਇਸੈਂਸ ਲੈ ਕੇ, ਅਤੇ ਅਸੀਂ ਫਿਰ ਬ੍ਰਾਂਚ ਖੋਲ੍ਹੀਏ ਜਿੱਥੇ ਐਂਡੀ ਬੈਠਦਾ ਹੈ, ਐਂਡੀ ਮੋਰਗੇਜ ਬਿਜ਼ਨਸ, ਉਹ ਲੌਂਗ ਆਈਲੈਂਡ ਦੀ ਕਮਿਊਨਿਟੀ ਨੂੰ ਸਰਵਿਸ ਕਰਦੇ ਹਾਂ, ਅਤੇ ਅਸੀਂ ਮੋਰਗੇਜ ਦੇ ਵਿੱਚ ਅਸੀਂ ਕਿਸੇ ਵੀ ਟਾਈਪ ਦੀ ਮੋਰਗੇਜ ਜਿਹੜੀ ਹੈ ਕਿਸੇ ਵੀ ਟਾਈਪ ਦੇ ਕਲਾਇੰਟ ਸਾਡੇ ਕੋਲ ਆਵੇ, ਕਈ ਵਾਰ ਉਹਦਾ ਲੋਨ ਬਾਹਰੋਂ ਨਹੀਂ ਆਉਂਦਾ, ਅਤੇ ਅਸੀਂ ਡੈਫੀਨੇਟਲੀ ਕੋਈ ਨਾ ਕੋਈ ਰਸਤਾ ਲੱਭ ਕੇ ਉਹਨਾਂ ਵਾਸਤੇ ਲੋਨ ਅਸੀਂ ਕਰਕੇ ਦਿੰਦੇ ਹਾਂ। ਲੋਨ ਕਰਵਾ ਕੇ ਹੀ ਫਿਰ ਉਹ ਆਪਣਾ ਡ੍ਰੀਮ ਹਾਊਸ ਜਿਹੜਾ ਹੈਗਾ ਲੈ ਸਕਦਾ, ਉਹਦੀ ਮਾਸਟਰੀ ਜਿਹੜੀ ਹੈਗੀ ਹੈ ਉਹ ਹੋਣੀ ਬੜੀ ਜ਼ਰੂਰੀ ਹੈ। ਅਤੇ ਤੁਸੀਂ ਜਿਵੇਂ ਕਿਸੇ ਦਾ ਕ੍ਰੈਡਿਟ ਸਕੋਰ ਬਹੁਤ ਘੱਟ ਹੈ ਜਾਂ ਫਿਰ ਉਹਦਾ ਲੋਨ ਹੋ ਹੀ ਨਹੀਂ ਪਾਉਂਦਾ, ਐਵੇਂ ਦੇ ਕੇਸਿਸ ਵੀ ਤੁਹਾਡੇ ਕੋਲ ਬਹੁਤ ਆਏ ਹੋਣੇ? ਸਾਡੇ ਕੋਲ ਹਰ ਤਰੀਕੇ ਦਾ ਕੇਸ ਆਉਂਦਾ ਜੀ, ਅਸੀਂ ਬੇਸਿਕਲੀ ਆਪਣੇ ਆਪ ਨੂੰ ਐਡਵਰਟਾਈਜ਼ ਇਹੀ ਕਰਦੇ ਹਾਂ ਕਿ ਅਗਰ ਤੁਹਾਡਾ ਲੋਨ ਬਾਹਰੋਂ ਨਹੀਂ ਹੁੰਦਾ ਕਿਸੇ ਵੀ ਸਰਕਮਸਟਾਂਸਿਸ ਦੇ ਅੰਡਰ, ਭਾਵੇਂ ਤੁਹਾਡਾ ਕ੍ਰੈਡਿਟ ਸਕੋਰ ਲੋ ਹੈ, ਡਾਊਨ ਪੇਮੈਂਟ ਤੁਹਾਡੇ ਕੋਲ ਘੱਟ ਹੈ, ਜੋਬ ਸਟੇਬਿਲਿਟੀ ਹੈ ਕਿ ਪਹਿਲਾਂ ਜੋਬ ਇੱਕ ਸਾਲ ਦੀ ਹੈ, ਦੋ ਸਾਲ ਦੀ ਬੈਂਕ ਰਿਕੁਆਇਰ ਕਰਦੇ ਨੇ, ਉਹ ਸਾਰੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਉਹਦਾ ਸਲਿਊਸ਼ਨ ਜਿਹੜਾ ਵੇ ਉਹ ਅਸੀਂ ਸਲਿਊਸ਼ਨ ਅਸੀਂ ਐਗਰੈਸਿਵਲੀ ਪਰਸਿਊ ਕਰਕੇ ਲੱਭ ਕੇ ਅਸੀਂ ਲੋਨ ਕਰਾਉਂਦੇ ਹਾਂ। ਸਾਡਾ ਇੱਕ ਅਸੀਂ ਬੜੇ ਇਸ ਮਾਮਲੇ 'ਚ ਵੀ ਸਾਨੂੰ ਕਾਫੀ ਲੋਕ ਕੰਪਲੀਮੈਂਟ ਦਿੰਦੇ ਨੇ ਕਿ ਅਸੀਂ ਬਹੁਤ ਹੀ ਜ਼ਿਆਦਾ ਜਾਨ ਮਾਰ ਕੇ ਕਿ ਅਸੀਂ ਲੋਨ ਨੂੰ ਅਪਰੂਵ ਕਰਾ ਦਿੰਦੇ ਹਾਂ, ਕਿ ਕੋਈ ਸੋ ਫਾਰ ਸਾਡੀ ਕੋਆਪਰੇਸ਼ਨ ਸਾਨੂੰ ਮਿਲੇ ਕਲਾਇੰਟ ਕੋਲੋਂ, ਅਸੀਂ ਕੋਈ ਨਾ ਕੋਈ ਰਸਤਾ ਲੱਭ ਕੇ ਉਹਨਾਂ ਦਾ ਲੋਨ ਕਰਾ ਦਿੰਦੇ। ਆਈ ਥਿੰਕ ਦੈਟਸ ਅ ਗੁੱਡ ਸਪਿਰਿਟ ਯੂ ਆਰ ਟੇਕਿੰਗ ਫਰੋਮ ਦੈਮ ਐਂਡ ਗਿਵਿੰਗ ਬੈਕ ਟੂ ਦ ਕਮਿਊਨਿਟੀ। ਸੋ ਹੁਣ ਮੈਂ ਤੁਹਾਨੂੰ ਮਿਲਵਾਉਣਾ ਐਂਡੀ ਸਿੰਘ ਹੋਰਾਂ ਦੇ ਨਾਲ। ਐਂਡੀ ਸਿੰਘ ਕੀ ਕਰਦੇ ਹਨ ਐਂਡ ਉਹਨਾਂ ਨੇ ਬਿਜ਼ਨਸ ਕਦ ਜੁਆਇਨ ਕੀਤਾ, ਉਹਨਾਂ ਦੀ ਸਪੈਸ਼ਲਿਟੀ ਕੀ ਹੈਗੀ ਹੈ, ਐਂਡ ਹਾਓ ਹੀ ਇਜ਼ ਮੇਕਿੰਗ ਅ ਚੇਂਜ ਇਨ ਟੂ ਦੀ ਕਮਿਊਨਿਟੀ ਵੈਨ ਇਟ ਕਮਸ ਟੂ ਮੋਰਗੇਜ। ਸੋ ਲੈਟ ਮੀ ਇੰਟਰੋਡਿਊਸ ਯੂ ਵਿਦ ਐਂਡੀ ਸਿੰਘ ਫਰੋਮ ਓਮਨੀ ਮੋਰਗੇਜ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਦਿਸ ਇਜ਼ ਐਂਡੀ ਸਿੰਘ ਓਮਨੀ ਮੋਰਗੇਜ। ਵੀ ਆਰ ਨਾਓ ਹੀਅਰ ਇਨ ਦ ਹਿਕਸਵਿਲ ਆਫਿਸ। ਵੀ ਹੈਵ ਦ ਹਿਕਸਵਿਲ ਆਫਿਸ ਫੋਰ ਕੁਆਇਟ ਅ ਵਾਈਲ ਨਾਓ, ਇਟਸ ਬੀਨ 5 ਇਅਰਸ। I've been in business with Omni Mortgage for about 15 years now, so enjoying this profession very much. We're helping a lot of people, especially in the Nassau and Suffolk counties, de which helping them purchase their first home, helping them purchase their investment properties, and actually making their lives easier with real estate.
We're just helping them accomplish their American dream. So, thank you. Omni Mortgage 1996-1996 ਵਿੱਚ ਅਸੀਂ ਸ਼ੁਰੂ ਕੀਤੀ ਕਿ ਸ਼ੁਰੂ ਕੀਤੀ ਸੀ ਕਿ ਵੀ ਆਪਣੀ ਕਮਿਊਨਿਟੀ ਵਾਸਤੇ ਕਿ ਆਪਣੀ ਕਮਿਊਨਿਟੀ ਨੂੰ ਮੋਰਗੇਜ ਲੈਣ ਵਾਸਤੇ ਬੜੀ ਦਿੱਕਤ ਆਉਂਦੀ ਸੀ ਉਹਨਾਂ ਦਿਨਾਂ ਵਿੱਚ ਜ਼ਿਆਦਾ ਮੋਰਗੇਜ ਕੰਪਨੀਆਂ ਨਹੀਂ ਹੁੰਦੀਆਂ ਸੀ ਬਾਜ਼ਾਰ ਦੇ ਵਿੱਚ ਤੇ ਅਸੀਂ ਆਪਣੀ ਪਹਿਲੀ ਪੰਜਾਬੀ ਮੋਰਗੇਜ ਕੰਪਨੀ ਨਿਊਯਾਰਕ 'ਚ ਐਸਟੈਬਲਿਸ਼ ਕੀਤੀ ਕੰਪਨੀ ਸ਼ੁਰੂ ਕੀਤੀ ਕਮਿਊਨਿਟੀ ਨਾਲ ਕੰਮ ਕੀਤਾ ਕਮਿਊਨਿਟੀ ਨੇ ਸਾਡੀ ਬੜੀ ਹੈਲਪ ਕੀਤੀ ਅਸੀਂ ਕਮਿਊਨਿਟੀ ਦੇ ਨਾਲ ਕੰਮ ਕਰਕੇ ਉਹਨਾਂ ਦੀ ਹੈਲਪ ਕੀਤੀ ਕਿ ਲੋਕਾਂ ਨੂੰ ਘਰ ਲੈ ਕੇ ਦਿੱਤੇ ਉਹਨਾਂ ਦੇ ਅਮੈਰੀਕਨ ਡ੍ਰੀਮ ਕਿ ਜਿਹੜਾ ਹੋਮ ਓਨਰਸ਼ਿਪ ਦਾ ਅਕੰਪਲਿਸ਼ ਕਰਾਇਆ ਅਤੇ ਉਹ ਸਾਗਾ ਸਾਰਾ ਚੱਲਦਾ ਰਿਹਾ ਅਸੀਂ ਫਿਰ ਉਸੀ ਇਹ ਸਾਡਾ ਆਫਿਸ ਪਹਿਲੇ ਮੈਨਟਨ ਹੁੰਦਾ ਸੀ ਫਿਰ ਅਸੀਂ ਰਿਚਮੰਡ ਆਫਿਸ ਖੋਲਿਆ ਫਿਰ ਅਸੀਂ ਨਿਊਜਰਸੀ ਆਫਿਸ ਖੋਲਿਆ ਅਤੇ ਉਹ ਕੰਪਨੀ ਐਕਸਪੈਂਡ ਹੁੰਦੀ ਰਹੀ ਅਤੇ ਫਿਰ ਅਸੀਂ ਰਿਚਮੰਡ ਸਾਡਾ ਮੇਨ ਆਫਿਸ ਹੈੱਡ ਆਫਿਸ ਰਿਚਮੰਡ ਬਿਲ ਬਣ ਗਿਆ ਅਸੀਂ ਇੱਕ ਆਫਿਸ ਐਕਸਵਿਲ ਖੋਲਿਆ ਕਿ ਵੀ ਐਕਸਵਿਲ ਕਾਫੀ ਕਮਿਊਨਿਟੀ ਮੂਵ ਹੋਣੀ ਸ਼ੁਰੂ ਹੋਈ ਅਤੇ ਅਸੀਂ ਐਕਸਵਿਲ ਦੇ ਵਿੱਚ ਵੀ ਆਪਣੀ ਕਮਿਊਨਿਟੀ ਨੂੰ ਸਰਵਿਸ ਕਰਨ ਵਾਸਤੇ ਇੱਥੇ ਬ੍ਰਾਂਚ ਖੋਲ੍ਹਤੀ ਕਿ ਵੀ ਇੱਥੇ ਦੇ ਲੋਕ ਜਿਹੜੇ ਨਾਸਾ ਕਾਉਂਟੀ ਸਫਾ ਕਾਉਂਟੀ ਫਰਦਰ ਜਿਹੜੇ ਦੂਰ ਸਾਡੇ ਕੁਈਨਸ ਤੋਂ ਸੀ ਉਹ ਇੱਥੇ ਆ ਕੇ ਆਪਣਾ ਲੋਨ ਅਪਲਾਈ ਕਰ ਸਕਣ ਅਸੀਂ ਕਾਫੀ ਲੋਨ ਜਿਹੜੇ ਕੀਤੇ ਅਸੀਂ ਕਰਦੇ ਹਾਂ ਜਿਹੜੇ ਕਿ ਆਮ ਤੌਰ 'ਤੇ ਬੈਂਕ ਲੋਨ ਨਹੀਂ ਕਰਦੇ ਕੋਈ ਜਿਹੜਾ ਇੱਕ ਪ੍ਰੋਪਰ ਸਲੋਗਨ ਹੈਗਾ ਵੀ ਯਾਰ ਬੈਂਕ ਸੇ ਨੋ ਆਮਨੀ ਸੇ ਯੈਸ ਅਤੇ ਅਸੀਂ ਸਾਡੇ ਕਈ ਵਾਰ ਸਾਨੂੰ ਲੋਕ ਕਹਿੰਦੇ ਵੀ ਜੇ ਆਮਨੀ ਕੇ ਪਾਸ ਜਾਓ ਆਪਕਾ ਲੋਨ ਹੋ ਜਾਏਗਾ ਅਤੇ ਉਹ ਜਿਹੜੇ ਸਾਡੇ ਤਕੀਆ ਕਲਾਮ ਜਿਹੜੇ ਟੈਗ ਲਾਈਨ ਜਿਹੜੀ ਸਾਡੀਆਂ ਸਾਡੇ ਵਾਸਤੇ ਫੇਮਸ ਬਣੀਆਂ ਰਹੀਆਂ ਲੋਕ ਬਣਾਉਂਦੇ ਰਹੇ ਕਿ ਵੀ ਲੋਨ ਨਹੀਂ ਹੋ ਰਿਹਾ ਆਮਨੀ ਮੋਰਗੇ ਚਲੇ ਜਾਓ ਅਤੇ ਅਸੀਂ ਉਸ ਪਿਛਲੇ ਜਦ ਤੋਂ ਲੈ ਕੇ ਹੁਣ ਤੱਕ ਅਸੀਂ ਕਾਫੀ ਸਾਡਾ ਨੈਟਵਰਕ ਵੱਡਾ ਹੋ ਗਿਆ ਬੈਂਕਾਂ ਨਾਲ ਅਸੀਂ ਕੰਮ ਕਰਦੇ ਹਾਂ ਕਮਿਊਨਿਟੀਜ਼ ਕਾਫੀ ਵੱਧ ਗਈਆਂ ਨੇ ਹੋਰ ਵੀ ਡਿਫਰੈਂਟ ਕਮਿਊਨਿਟੀਜ਼ ਨਾਲ ਕੰਮ ਕਰਦੇ ਹਾਂ ਅਤੇ ਲੋਨ ਜਿਹੜੇ ਡਿਫੀਕਲਟ ਲੋਨ ਜਿਹੜੇ ਨੇ ਅਸੀਂ ਈਜ਼ੀ ਤੋਂ ਲੈ ਕੇ ਡਿਫੀਕਲਟ ਲੋਨ ਕਈ ਲੋਨ ਜਿਹੜੇ ਨੇ ਈਜ਼ੀ ਜਿਹੜੇ ਸਿੰਪਲ ਲੋਨ ਜਿਹੜੇ ਹੁੰਦੇ ਨੇ ਇਨਕਮ ਟੈਕਸ ਰਿਟਰਨ ਜਿਹੜੀਆਂ ਹੁੰਦੀਆਂ ਨੇ ਅਸੀਂ ਲੋਨ ਵਿਦ ਇਨ ਡੇ ਸੇਮ ਡੇ ਨੈਕਸਟ ਡੇ ਟੂ ਡੇਜ਼ ਅਪਰੂਵਲ ਆਉਂਦੀਆਂ ਨੇ ਕਈ ਲੋਨ ਨੇ ਜਿਨ੍ਹਾਂ 'ਚ ਲੋਕਾਂ ਨੂੰ ਸਾਨੂੰ ਥੋੜ੍ਹੀ ਜਿਹਾ ਐਕਸਟਰਾ ਕੰਮ ਕਰਨਾ ਪੈਂਦਾ ਹੈਲਪ ਚਾਹੀਦੀ ਹੁੰਦੀ ਹੈ ਉਹ ਲੋਨ ਅਸੀਂ ਸਾਨੂੰ ਥੋੜ੍ਹਾ ਟਾਈਮ ਲੱਗਦਾ ਵੇ ਮਗਰ ਐਵੇਂ ਕਿ ਜਿਹੜੇ ਲੋਨ ਇੰਪੋਸੀਬਲ ਲੋਨ ਨੇ ਅਸੀਂ ਉਹਨਾਂ ਨੂੰ ਪੋਸੀਬਲ ਕਰ ਦਿੰਦੇ ਅਤੇ ਓਮਨੀ ਮੋਰਗੇਜ ਜਿਹੜੀ ਹੈ ਇਟਸ ਬੇਸਡ ਔਨ ਇਜ਼ ਅ ਕਮਿਊਨਿਟੀ ਬੇਸਡ ਕੰਪਨੀ ਹੈ ਇਹ ਕਮਿਊਨਿਟੀ ਦੇ ਸਿਰ 'ਤੇ ਖੜ੍ਹੀ ਹੋਈ ਸੀਗੀ ਆਪਣੀ ਪੰਜਾਬੀਆਂ ਦੇ ਪੰਜਾਬੀ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ ਅਤੇ ਅੱਜ ਅਸੀਂ ਅਸੀਂ ਪ੍ਰਾਊਡ ਹਾਂ ਕਿ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਕੰਮ ਕਰਕੇ ਕਮਿਊਨਿਟੀ ਨੇ ਸਾਨੂੰ ਸਪੋਰਟ ਕੀਤਾ ਟਰੱਸਟ ਕੀਤਾ ਅਸੀਂ ਕਮਿਊਨਿਟੀ ਦੇ ਨਾਲ ਮਿਲ ਕੇ ਅਸੀਂ ਕੰਮ ਕਰਕੇ ਆਪਣੀ ਕੰਪਨੀ ਨੂੰ ਗਰੋ ਕੀਤਾ ਅਤੇ ਅਸੀਂ ਅੱਜ ਥੋੜ੍ਹਾ ਜਿਹਾ ਇੰਟਰੋਡਕਸ਼ਨ ਅਸੀਂ ਦੇ ਰਹੇ ਹਾਂ ਬਿਜ਼ਨਸ ਵੀਕ ਦੇ ਉੱਤੇ ਅਸੀਂ ਫਰਦਰ ਨਵੇਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿੱਦਾਂ ਜਸ ਪੰਜਾਬੀ ਦੇ ਨਾਲ ਮਿਲ ਕੇ ਐਜ਼ ਏ ਜੁਆਇੰਟ ਐਫਰਟ ਕਿ ਅਸੀਂ ਆਪਣੇ ਡੇਲੀ ਬੇਸਿਸ 'ਤੇ ਪ੍ਰੋਗਰਾਮ ਲੈ ਕੇ ਆਇਆ ਕਰੀਏ ਕਿ ਜਿਹੜੇ ਅਸੀਂ ਐਜੂਕੇਟ ਕਰ ਸਕੀਏ ਆਪਣੀ ਕਮਿਊਨਿਟੀ ਨੂੰ ਕਿ ਜਿਨ੍ਹਾਂ ਨੇ ਘਰ ਲੈਣ ਦਾ ਪਲਾਨ ਕਰ ਰਹੇ ਨੇ ਕਿ ਫਰਦਰ ਆਪਣਾ ਕਿਵੇਂ ਆਪਣੀ ਤਿਆਰੀ ਕਰਨ ਕ੍ਰੈਡਿਟ ਅਗਰ ਵੀਕ ਹੈ ਤਾਂ ਕ੍ਰੈਡਿਟ ਨੂੰ ਸਟਰੋਂਗ ਕਰਨ ਅਗਰ ਡਾਊਨ ਪੇਮੈਂਟ ਘੱਟ ਹੈ ਥੋੜ੍ਹੀ ਡਾਊਨ ਪੇਮੈਂਟ ਵਧਾਉਣਾ ਚਾਹਣ ਉਹ ਸਾਰੇ ਜਿਹੜੇ ਐਫਰਟ ਨੇ ਜਿਹੜੇ ਅਸੀਂ ਮਿਲ ਕੇ ਅਸੀਂ ਡਿਸਕਸ ਕਰਾਂਗੇ ਓਵਰ ਐਂਡ ਓਵਰ ਕਿ ਜਿਹਦੇ ਨਾਲ ਜਿਹੜੇ ਲੋਕ ਥੋੜ੍ਹਾ ਜਿਹਾ ਜਿਨ੍ਹਾਂ ਨੂੰ ਡਾਊਟ ਹੈ ਕਿ ਲੋਨ ਸਾਨੂੰ ਮਿਲੇਗਾ ਨਹੀਂ ਮਿਲੇਗਾ ਉਹ ਵੀ ਸਾਡੇ ਪ੍ਰੋਗਰਾਮਸ ਦੇ ਥਰੂ ਥੋੜ੍ਹਾ ਸਮਝ ਕੇ ਆਪਣਾ ਘਰ ਲੈ ਸਕਣ ਸੋ ਲਓ ਜੀ ਅੱਜ ਅਸੀਂ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਹਰਮਨ ਸਿੰਘ ਅਤੇ ਐਂਡੀ ਸਿੰਘ ਹੋਰਾਂ ਨਾਲ ਮੁਲਾਕਾਤ ਕੀਤੀ ਜਿੱਥੇ ਇੱਕ ਪਾਸੇ ਅਸੀਂ ਰਿਚਮੰਡ ਹਿਲ ਏਰੀਆ ਵਿਖੇ ਉਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਅਤੇ ਇੱਥੇ ਹਿਕਸਵਿਲ ਆ ਕੇ ਐਂਡੀ ਸਿੰਘ ਹੋਰਾਂ ਨੇ ਦੱਸਿਆ ਕਿ ਕਿਵੇਂ ਲੌਂਗ ਆਈਲੈਂਡ ਅਤੇ ਕੁਈਨਸ ਦੀ ਮਾਰਕੀਟ ਦੇ ਵਿੱਚ ਫਰਕ ਹੈ ਲੇਕਿਨ ਮੋਰਗੇਜ ਬਿਜ਼ਨਸ ਬਹੁਤ ਜ਼ਬਰਦਸਤ ਹੈ ਔਰ ਕਿਵੇਂ ਇਸ ਬਿਜ਼ਨਸ ਨੂੰ ਵੀ ਤੁਸੀਂ ਅਪਣਾ ਸਕਦੇ ਹੋ ਪਰ ਜੇਕਰ ਤੁਹਾਨੂੰ ਕ੍ਰੈਡਿਟ ਚਾਹੀਦਾ ਹੈ ਜੇਕਰ ਤੁਹਾਡਾ ਲੋਨ ਨਹੀਂ ਹੋ ਰਿਹਾ ਤਾਂ ਓਮਨੀ ਮੋਰਗੇਜ ਤੁਹਾਡੀ ਹਰ ਉਸ ਜ਼ਰੂਰਤ ਨੂੰ ਪੂਰਾ ਕਰਦਾ ਔਰ ਤੁਸੀਂ ਵੀ ਹਰਮਨ ਸਿੰਘ ਹੋਰਾਂ ਨਾਲ ਅਤੇ ਐਂਡੀ ਸਿੰਘ ਹੋਰਾਂ ਨਾਲ ਰਾਬਤਾ ਕਾਇਮ ਕਰਕੇ ਲੈ ਸਕਦੇ ਹੋ ਅਪੁਆਇੰਟਮੈਂਟ ਔਰ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਸੁਪਨਿਆਂ ਦਾ ਘਰ ਔਰ ਤੁਹਾਡਾ ਲੋਨ ਨਹੀਂ ਹੋ ਰਿਹਾ ਤਾਂ ਫਿਰ ਇਹ ਥੱਲੇ ਟੀਵੀ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਹਰਮਨ ਸਿੰਘ ਅਤੇ ਐਂਡੀ ਸਿੰਘ ਹੋਰਾਂ ਨੂੰ ਹੁਣੇ ਹੀ ਕਾਲ ਕਰੋ ਅਤੇ ਆਪਣੇ ਘਰ ਦਾ ਲੋਨ ਹੁਣੇ ਹੀ ਅਪਰੂਵ ਕਰਾਓ ਬਹੁਤ ਘੱਟ ਇੰਟਰਸਟ ਦੇ ਉੱਤੇ ਔਰ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ ਅਤੇ ਇਹ ਸੀਗਾ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਦੋਵੇਂ ਸ਼ਖਸੀਅਤਾਂ ਦੀ ਸਕਸੈਸ ਸਟੋਰੀ ਹਰਮਨ ਸਿੰਘ ਐਂਡ ਐਂਡੀ ਸਿੰਘ ਅਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਦਵੋ ਇਜਾਜ਼ਤ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਤੁਹਾਡੇ ਸ਼ਹਿਰ ਆਵਾਂ ਔਰ ਤੁਹਾਡੇ ਬਿਜ਼ਨਸ ਦੇ ਬਾਰੇ ਗੱਲ ਕਰਾਂ ਤਾਂ ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਬਿਜ਼ਨਸ ਬਾਰੇ ਦੱਸ ਸਕਦੇ ਹੋ info@justbroadcasting.com harkeerat@justbroadcasting.com ਦੇ ਉੱਤੇ ਅਸੀਂ ਵੀ ਤੁਹਾਡੇ ਸ਼ਹਿਰ ਆਵਾਂਗੇ ਔਰ ਤੁਹਾਡੀ ਸਕਸੈਸ ਸਟੋਰੀ ਦਾ ਰਾਜ ਜਾਣਾਂਗੇ ਔਰ ਕਰਾਂਗੇ ਤੁਹਾਡੇ ਨਾਲ ਇਹੀ ਹਰਮਨ ਪਿਆਰਾ ਸ਼ੋਅ ਜਿਹਦਾ ਨਾਂ ਹੈ ਬਿਜ਼ਨਸ ਆਫ ਦਾ ਵੀਕ